गुड मॉर्निंग स्टूडेंट्स माई सेल्फ नीलम कुमारी यो पंजाबी टीचर सब तो पहला, असि अपना फर्स्ट टर्म का जोड़ा सिलेबस है वो बारे गल करे कथा संवेदना कहानियाँ वन टू काव्य संवेदना कविताव वन टू मंच महक जो तीसरी किताब है थोड़ी तो वो एकांगी है इकांगी कहंदे ਇਹਨੂੰ ਜਿਹੜੀ ਇਹਦੇ ਵਿੱਚ ਹੈ ਮਤਲਬ ਨਾਟਕ इकांगी 1 ਸਿਰਫ ਇੱਕ ਹੀ ਆਏਗੀ ਸੁਹਾਗ ਵਿਆਕਰਨ ਨੰਬਰ 1 ਵਿਰੋਧੀ ਸ਼ਬਦ ਸਫਾ 111 ਤੋਂ 112 ਤੱਕ ਨੰਬਰ 2 ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਸਫਾ 115 116 ਨੰਬਰ 3 ਮੁਹਾਵਰੇ ਉੜਾ ਐੜਾ ਈੜੀ ਸਸਾ ਹਹਾ ਵਾਲੇ ਅੱਖਰਾਂ ਦੇ ਮੁਹਾਵਰੇ ਆ ਜੋ ਅਸੀਂ ਕਰਾਂਗੇ ਇਹਦੇ ਵਿੱਚ ਬੇਟੇ ਉਹਨਾਂ ਨੇ ਅਰਥ ਦਿੱਤੇ ਹੋਣਗੇ ਸੈਂਟੈਂਸ ਨਹੀਂ ਹੈ ਉਹ ਤੁਸੀਂ ਜਦੋਂ ਮੈਂ ਕਰਵਾਵਾਂਗੀ ਫਿਰ ਅਹੀਂ ਕਰਾਂਗੇ ਨੰਬਰ 4 ਅਨ ਟਿੱਠਾ ਪੈਰਾ ਜੋ ਵਿਆਕਰਨ ਵਿੱਚ ਦਿੱਤਾ ਹੋਇਆ ਹੈ ਇਹ ਹਲ ਸਹਿਤ ਵੀ ਹੈ ਔਰ ਹਲ ਰਹਿਤ ਵੀ ਭਾਗ ਕੀ ਇਹਨਾਂ ਨੂੰ ਉਹਨਾਂ ਦੇ ਪ੍ਰਸ਼ਨ ਜਿਹੜੇ ਉਹ ਕੀਤੇ ਵੀ ਔਰ ਨਹੀਂ ਵੀ ਇਹ ਆਹੀਂ ਪੈਰਾ ਪੜ੍ਹ ਕੇ ਉਹਦੇ ਜਿਹੜੇ ਪ੍ਰਸ਼ਨ ਜਿਹੜੇ ਆ ਉਹ ਦੇਣੇ ਹੁੰਦੇ ਆ 10 ਨੰਬਰ ਦਾ ਚਿੱਠੀਆਂ ਨਿੱਜੀ 1 ਤੋਂ ਲੈ ਕੇ 10 ਤੱਕ ਲੇਖ ਬੱਚੇ ਤੁਹਾਡੇ 1 ਤੋਂ ਲੈ ਕੇ 5 ਤੱਕ ਲੇਖ ਹੈ 8ਵੀਂ ਜਮਾਤਵਾਂਗ ਨਹੀਂ ਹੈ ਕਿ ਤੁਹਾਨੂੰ ਦੋ ਲੇਖ ਆਣਗੇ ਤੁਸੀਂ ਉਹਨਾਂ ਚੋਂ ਕਦੇ ਇੱਕ ਯਾਦ ਕਰਦੇ ਹੋ ਇਸ ਤਰ੍ਹਾਂ ਨਹੀਂ ਹੈ ਇਹਦੇ ਵਿੱਚ 5 ਹੈ ਔਰ ਪੰਜੋ ਜਿਹੜਾ ਉਹ ਕੰਪਲਸਰੀ ਹੈ ਠੀਕ ਹੈ ਨੰਬਰ 1 ਸ਼ਹੀਦੇ ਆਜਮ ਪਗਸਿੰਘ ਨੰਬਰ 2 ਕੰਪਿਊਟਰ ਦਾ ਵਧ ਰਿਹਾ ਰੁਚਾਨ ਨੰਬਰ 3 مہنگائی دا عام آدمی تے اثر نمبر 4 ਵਿਦਿਆਰਥੀ ਜੀਵਨ اور نمبر 5 کوئی ਮਹਾਨ ਸ਼ਖਸੀਅਤ ਇਹ ਚਹੀ ਕਿਸੇ ਬਾਰੇ ਵੀ ਲਿਖਦੇ ਆ ਗੁਰਨਾਨਕ ਜੀ ਗੁਰੂ ਕਬਨ ਸਿੰਘ ਜੀ ਕਿਸੇ ਦੇ ਬਾਰੇ ਵੀ ਲਿਖਦੇ ਆ ਪਗਗ ਸਿੰਘ ਬਾਰੇ ਕਿਸੇ ਦੇ ਬਾਰੇ ਵੀ ਕਿਸੇ ਖਾਸ ਕਵੀ ਬਾਰੇ ਠੀਕ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਜੋ ਕਰਨਾ ਹੈ ਇਹਦੇ ਵਿੱਚੋਂ ਮੈਂ ਤੁਹਾਨੂੰ ਤੁਹਾਡੇ ਸਿਲੇਬਸ ਦੇ ਮੁਤਾਬਕ ਜੋ ਪੜਾਂਦੀ ਜਾਵਾਂਗੀ ਹਰ ਵਾਰ ਕਥਾ ਸੰਵੇਦਨਾ ਜਿਹੜੀ ਹੈ ਇਦੇ ਵਿੱਚ ਬੇਟਾ ਤੁਹਾਡੀਆਂ ਕਹਾਣੀਆਂ ਔਰ ਇਹ ਜਿਹੜੀ ਹੈ ਕਥਾ ਸੰਵੇਦਨਾ ਤੁਹਾਡੀ ਜਿਹੜੀ ਪਾਠ ਪੁਸਤਕ ਹੈ ਪਲੱਸ ਇਹਦੇ ਨਾਲ ਕਾਵ ਸੰਵੇਦਨਾ ਵੀ ਹੈ ਮਤਲਬ ਇਹ ਦੇ ਵਿਚਾਰ ਜੋ ਹੈ ਅੱਧ ਵਿੱਚ ਜਿਹੜਾ ਤੁਹਾਡੀਆਂ ਕਵਿਤਾਵਾਂ ਸ਼ੁਰੂ ਹੋਣਗੀਆਂ ਇਹ ਜਿਹੜੀ ਕਿਤਾਬ ਹੈ ਦੋਨੋਂ ਇਕੱਠੀਆਂ ਹੈ ਕਥਾ ਸੰਵੇਦਨਾ ਕਾਵ ਸੰਵੇਦਨਾ ਪਰ ਇਹ ਹੈ ਅਲੱਗ-ਅਲੱਗ ਹੈ ਵਿੱਚ ਪਾਠ ਲੱਗਾ ਕਿਉਂਕਿ ਇੱਕ ਇਹ ਤਾਂ ਨੀਆਂ ਕਹਾਣੀਆਂ ਆ ਗਈਆਂ ਔਰ ਇੱਥੇ ਤੁਹਾਡੀਆਂ ਕਵਿਤਾਵਾਂ ਅਸੀਂ ਜੋ ਹੈ ਇਸ ਚੀਜ਼ ਨੂੰ ਕਰਾਂਗੇ पहली कविता तो बाद दूसरी पावकी एक फस्ट वाली कविता कर लेंगे और दूसरी साढ़ा ये स्टार्टिंग होएगी समा उस तो मैं तो क्या कराऊँगी माँ का दिल ठीक है